ਧਿਆਨ ਸਿੰਘ ਸ਼ਾ ਸਿਕੰਦਰ ਦੀ ਕਹਾਣੀ ਹੈ ਸੁੱਕੀ ਲੱਕੜੀ ਹੁਣ ਦੇ ਹਿਸਾਬ ਨਾਲ ਤਾਂ ਗੱਲ ਨਿੱਕੀ ਜਈ ਸੀ ਪਰ ਉਦੋਂ ਦੇ ਹਿਸਾਬ ਨਾਲ ਗੱਲ ਨਿੱਕੀ ਜਈ ਨਹੀਂ ਸੀ ਮਸਲਾ ਸੀ ਕੁੰਡ ਦਾ ਮੇਰੇ ਵੱਡੇ ਵੀਰ ਮੇਰੇ ਤਾਏ ਦੇ ਪੁੱਤਰ ਭਰਾ ਰਤਨ ਸਿੰਘ ਦਾ ਵਿਆਹ ਹੋਣ ਵਾਲਾ ਸੀ ਨਵੀਂ ਪੀੜੀ 'ਚ ਪਹਿਲਾ ਵਿਆਹ ਸੀ ਕਿਸੇ ਮੁੰਡੇ ਦਾ ਹੋਰ ਸਾਰੇ ਮਾਮਲੇ ਨਿੱੱਠੇ ਜਾ ਚੁੱਕੇ ਸਨ ਪਰ ਇਹ ਫੈਸਲਾ ਜੀ ਹੋਣਾ ਬਾਕੀ ਸੀ ਕਿ ਪਰਿਵਾਰ 'ਚ ਆਉਣ ਵਾਲੀ ਨਵੀਂ ਨੂੰਹ ਕੋਲੋਂ ਕੁੰਡ ਕਢਾਇਆ ਜਾਏ ਕਿ ਨਾ ਮਸਲਾ ਸੱਚੀ ਮਿੱਠੀ ਗੰਭੀਰ ਸੀ ਨਰੀ ਬਗਾਵਤ ਦੀ ਜਦ ਕਿ ਸਾਰੇ ਪਿੰਡ ਦੀਆਂ ਸਾਰੀਆਂ ਤੀਵੀਆਂ ਕੁੰਡ ਕੱਢਦੀਆਂ ਸਨ ਮੁਲਕ ਆਜ਼ਾਦ ਹੋ ਚੁੱਕਾ ਸੀ ਪਰ ਔਰਤਾਂ ਜਾਤ ਅਜੇ ਗੁਲਾਮੀ ਸੀ ਬੇਸ਼ੱਕ ਮਰਦ ਸਮਾਜ ਵਿੱਚ ਆਏ ਦਿਨ ਨਵੇਂ-ਨਵੇਂ ਖਿਆਲ ਉੱਠਣੇ ਜ਼ਰੂਰ ਸ਼ੁਰੂ ਹੋ ਚੁੱਕੇ ਸਨ ਪਰ ਔਰਤਾਂ ਦਾ ਜਿਵੇਂ ਗੁਲਾਮੀ ਨੂੰ ਆਪਣਾ ਹੱਕ ਸਮਝਦੀਆਂ ਸਨ ਘਰ ਦੀਆਂ ਤਰੀਮਤਾ ਕੁੰਡ ਦੇ ਹੱਕ 'ਚ ਡਟ ਕੇ ਖੜੀਆਂ ਸਨ ਇਹ ਬੰਦੇ ਹੀ ਸਨ ਜੋ ਨਵੇਂ ਪੁਵਾੜੇ ਖੜੇ ਕਰ ਰਹੇ ਸਨ ਤਾਇਆ ਜੀ ਬినా ਸ਼ੱਕ ਦਿਨਾ ਨਗਰ ਜਾ ਵਸੇ ਸਨ ਪਰ ਉਹਨਾਂ ਦਾ ਹੈੱਡਕੁਆਰਟਰ ਤਾਂ ਹਨੇ ਪਿੰਡੀ ਸੀ ਹਰ ਸਿੱਖ ਸਲਾਹ ਲਈ ਉਹਨਾਂ ਦਾ ਕੌਡੀ ਫੇਰਾ ਪਿੰਡ ਵੱਜਦਾ ਰਹਿੰਦਾ ਕੁੰਡ ਦੇ ਮਤੇ ਤੇ ਆਏ ਦਿਨ ਅਸੈਂਬਲੀ ਬੈਠਦੀ ਪਰ ਬਿੱਲ ਪਾਸ ਨਾ ਹੁੰਦਾ ਤਾਈਓ ਖਬਰ ਇੱਕ ਦਿਨ ਚੌਰਾ ਤੋਂ ਸੁਣਿਆ ਆ ਗਿਆ ਤਾਈਓ ਰਾਂ ਦੇ ਭੂਆ ਦੇ ਪੁੱਤਰ ਭਰਾ ਗਿਆਨੀ ਮਾਨ ਸਿੰਘ ਦੇ ਘਰੋਂ ਵੱਡੀ ਪਰਚਾਈ ਈਸ਼ਰਕੌਰ ਦੇ ਪੇਕੇ ਅੰਚ ਕੋਈ ਮਰਗ ਹੋ ਗਈ ਸੀ ਰਿਵਾਜ ਮੁਤਾਬਕ ਮਹਿਸੂਸ ਕਰਨ ਤਾਂ ਜਾਣਾ ਹੀ ਸੀ ਤਾਇਓ ਰਿ ਭਾਈ ਹੀ ਹੋਰੀ ਲੰਮਾ ਪੈਂਡਾ ਚਾੱਕ ਕੇ ਝੋਰੀ ਪੁੱਝੇ ਅੱਗੇ ਨਾ ਭਰਾ ਘਰ ਤੇ ਨਾ ਪਰਜਾਈ ਘਰ ਦੋਵੇਂ ਬਖਤ ਪੁਰੇ ਗਏ ਹੋਏ ਸਨ ਘਰ ਸੀ ਤਾਂ ਸਿਰਫ ਉਹਨਾਂ ਦੀ ਵੱਡੀ ਨੂੰ ਪੂਰਨ ਸਿੰਘ ਦੇ ਘਰੋਂ ਬੀਬੀ ਕਲਵੰਤ ਘਰ ਦੋਵੇਂ ਇੱਕ ਦੂਜੇ ਦੇ ਮੂੰਹ ਹਲ ਵੇਖਣ ਲੱਗੇ ਹੁਣ ਮਹਿਸੂਸ ਕਿਦੇ ਨਾਲ ਕਰੀ ਖੈਰ ਉਸ ਬੀਬੀ ਰਾਣੀ ਨੇ ਪੂਰੀ ਤਵੱਜੋ ਨਾਲ ਪਤੀਔਰਿਆਂ ਨੂੰ ਪਾਣੀ ਧਾਣੀ ਪੁੱਛਿਆ ਚੰਗੀਆਂ ਨੂਹਾਂ ਧੀਆਂ ਵਾਂਗ ਪੂਰੇ ਸਲੀਕੇ ਨਾਲ ਦੁੱਖ ਸੁੱਖ ਵੀ ਕੀਤਾ ਇਹ ਗੱਲ ਉਹਨਾਂ ਨੂੰ ਖਾਸੀ ਚੰਗੀ ਲੱਗੀ ਕਿ ਭਰਾ ਪਰਜਾਈ ਤੇ ਘਰ ਮਿਲੀ ਨਾ ਤੇ ਜੇ ਕੁੜੀ ਵੀ ਵੱਡਾ ਸਾਰਾ ਘੁੰਡ ਕੱਢ ਕੇ ਨੁਕਰੇ ਜਿਹੀ ਬਹਿ ਜਾਂਦੀ ਤਾਂ ਕੀ ਚੰਗਾ ਲੱਗਣਾ ਸੀ ਸੋ ਗੱਲ ਨੇ ਐਸਾ ਮੋੜ ਟੱਟਿਆ ਕਿ ਘੁੰਡ ਦੇ ਖਿਲਾਫ ਉਸੇ ਦੇ ਨੀ ਮਤਾ ਪਾਸ ਹੋ ਗਿਆ ਇਹ ਗੱਲ ਦੱਸਣ ਦੀ ਕੀ ਲੋੜ ਐ ਕਿ ਗਿਆਨੀ ਮਾਨ ਸਿੰਘ ਇਹਨਾਂ ਭਰਾਵਾਂ ਚ ਉਮਰੋਂ ਵੀ ਵੱਡਾ ਸੀ ਤੇ ਘਰ ਦਾ ਦੋਤਵਾਨ ਵੀ ਸੀ ਤੇ ਰੋਸ਼ਨ ਦਿਮਾਗ ਗੁਰਬਾਣੀ ਦਾ ਗਿਆਤਾ ਹੋਣ ਕਰਕੇ ਨਾਨਕੇ ਘਰ ਦੇ ਇਹਨਾਂ ਭਰਾਵਾਂ ਚ ਪੀਰਾ ਵਾਂਗੂ ਪੂਜਿਆ ਜਾਂਦਾ ਸੀ ਤੇ ਉਹ ਨਹੀਂ ਦਿਨੀ ਮੋਹ ਬਹੁਤਾਂ ਬੜੀਆਂ ਡੂੰਗੀਆਂ ਹੁੰਦੀਆਂ ਸਨ ਖੈਰ ਵਾਜਿਆਂ ਗਾਜਿਆਂ ਨਾਲ ਭਾਈ ਰਤਨ ਸਿੰਘ ਦਾ ਵਿਆਹ ਹੋਇਆ ਤਾਈ ਦਾ ਵੇੜਾ ਜੋ ਤਾਈ ਦੇ ਗੁਜਰਚਾਨ ਕਰਕੇ ਉਦਾਸ ਰਹਿੰਦਾ ਸੀ ਨੂੰ ਦੇ ਆਉਣ ਨਾਲ ਮੁੜ ਤੋਂ ਖੇੜ ਉੱਠਿਆ ਫੇਰ ਨੌਨਕਾਂ ਵੱਜ ਗਈਆਂ ਫੇਰ ਖੁਸ਼ਹਾਲੀ ਦੇ ਦਿਨ ਪਰ ਤਾਈ ਬਣੀ ਫੱਬੀ ਨਵੀਂ ਬੋਟੀ ਪ੍ਰਾਣਿਆਂ ਦੇ ਚਾਚ ਗੁਟਕਦੀ ਫਿਰਦੀ ਇੱਕ ਵਾਰ ਫੇਰ ਵਧਾਈਆਂ ਦੇ ਹਾਸੇ ਛਣਕਣ ਲੱਗੇ ਮੇਰਾ ਇਕਲੌਤਾ ਮਾਮਾ ਹਰਨਾਮਦਾਸ ਯਾਨੀ ਮਾਮਾ ਨੋਮਾ ਕਿਸੇ ਕਾਰਨ ਇਸ ਵਿਆਹ ਨਹੀਂ ਸੀ ਆ ਸਕਿਆ ਚੌਂਕੂ ਮਹੀਨੇ ਬਾਅਦ ਜਦੋਂ ਵਿਆਸ ਦੇ ਹੜ ਜ਼ਰਾ ਮੱਠੇ ਪਾਇ ਤਾਂ ਪੱਤਣ ਲੰਘ ਕੇ ਮਿਲਣ ਗੇ ਲਣਾ ਆ ਮਾਮਾ ਪਹਿਲਾਂ ਸਾਡੇ ਕੋਲ ਪਿੰਡ ਪਹੁੰਚਾ ਚਾਚਾ ਪਾਣੀ ਤੇ ਸੁਖਸਾਂਦ ਬਾਤ ਕਰਨ ਲੱਗਾ ਚੱਲ ਵੀ ਜਵਾਨਾ ਸ਼ਹਿਰ ਨੂੰ ਚਲੀਏ ਵੱਡੇ ਭਾਈਏ ਨੂੰ ਵਿਆਹ ਦੀ ਵਧਾਈ ਦੇ ਆਈਏ ਮਾਮਾ ਜੀ ਰੋਟੀ ਰੋਟੀ ਉੱਥੇ ਨਾ ਜੜੂ ਮਾਮੇ ਨੇ ਮੁਸਕਰਾ ਕੇ ਕਿਹਾ ਮਾਮੇ ਹੋਰਾਂ ਦੇ ਮਨ ਚ ਵੀ ਤਾਈ ਨਾਲ ਬਹਿ ਕੇ ਛੱਟ ਪੀਣ ਤੇ ਨਵੀਂ ਨੂਹ ਦੀਆਂ ਪੱਕੀਆਂ ਖਾਣ ਦੀ ਰੀਤ ਸੀ ਆਪਾਂ ਸਾਈਕਲ ਕੱਢਿਆ ਮਗਰ ਮਾਮੇ ਨੂੰ ਬਿਠਾਇਆ ਤੇ ਦਿਨਾਂ ਨਗਰ ਨੂੰ ਤੁਰ ਪਏ ਪੰਜ ਛੇ ਕੋਹ ਦਾ ਪੈਂਡਾ ਸੀ ਆਪਾਂ ਮੁੰਡੇ ਖੁੰਡੇ ਸੀ ਇੱਛਾ ਪਾਛਾ ਪੈਂਡਾ ਮੁਕਾਇਆ ਤੇ ਤਾਈ ਦੇ ਘਰ ਜਾ ਪੁੱਜੇ ਤਾਈ ਉਰੀ ਘਰ ਨਹੀਂ ਸਨ ਕਾਰਖਾਨੇ ਗਏ ਹੋਏ ਸਨ ਸੁਨੇਹਾ ਭੇਜਿਆ ਜਵਾਬ ਆਇਆ ਪੁਰਾਣਿਆਂ ਨੂੰ ਚਾਹ ਪਾਣੀ ਪਿਲਾਓ ਮੈਂ ਆਇਆ ਕਿ ਆਇਆ ਇਹਨੇ ਨੂੰ ਚਾਹ ਪਾਣੀ ਤਿਆਰ ਸੀ ਜੀ ਨੇ ਵਾਜ ਦਿੱਤੀ ਭਰਜਾਈ ਚਾਹ ਵਾਲੀ ਟਰੇ ਚੁੱਕੀ ਠਮਕ ਠਮਕ ਤੁਰਦੀ ਬਾਠਕ ਚਾਹ ਹਾਜ਼ਰ ਹੋਈ ਉਹਨੇ ਟਰੇ ਮੇਸ ਤੇ ਰੱਖੀ ਬੜੀ ਸ਼ਰਦਾ ਨਾਲ ਮਾਮੇ ਨੂੰ ਮੱਥਾ ਟੇਕਿਆ ਮਾਮਾ ਗੁਰੂ ਭਲਾ ਕਰੀ ਕਹਿਣ ਦੀ ਥਾ ਅਦ ਖੁੱਲੇ ਮੂੰਹ ਨਾਲ ਡੋਰ ਪੌਰੀ ਹੋਇਆ ਰਹਿ ਗਿਆ ਨੂੰ ਹੋਵੇ ਤੇ ਨੰਗੇ ਮੂੰਹ ਤੁਰੇ ਫਿਰੇ ਤੋਬਾ ਤੋਬਾ ਏ ਡਾਕੈਰ ਮਾਮੇ ਨੇ ਚਾਹ ਦੇ ਦੋ ਘੁੱਟ ਕੁਨੈਣ ਵਾਂਗ ਅੰਦਰ ਲੰਗਾਏ ਸ਼ਗਨ ਦਾ ਸਵਾਰ ਪਈ ਐ ਕੜਾਪ ਮੇ ਤੇ ਸੁੱਟਿਆ ਤੇ ਉੱਠ ਖੜਾ ਹੋਇਆ ਚੱਲ ਮੁੰਡਿਆ ਐਂਡ ਨੂੰ ਚਲੀਏ ਅਜੀਬ ਹਾਲਤ ਹੋ ਗਈ ਮਾਮੇ ਦੀਆਂ ਲਾਲ ਲੱਖਾਂ ਵੇਖ ਕੇ ਝੂਂ ਚੜਾਂ ਕੀਤੇ ਬਿਨਾ ਮੈਂ ਮਾਮੇ ਨੂੰ ਸਾਈਕਲ ਪਿੱਛੇ ਬਿਠਾਇਆ ਤੇ ਵਾਪਸੀ ਸਫ਼ਰ ਸ਼ੁਰੂ ਸ਼ਹਿਰੋਂ ਨਿਕਲਦੇ ਹੀ ਮਾਮੇ ਨੇ ਖੁਨੈਨ ਥੁੱਕੀ ਸ਼ਰਮਣੀ ਹੈ ਆਨੇ ਇਹ ਨੂਆਂ ਧੀਆਂ ਦੇ ਚਾਲੇ ਨੇ ਆ ਗਈ ਬੁੱਥਾ ਚੱਕੀ ਦਸ ਜੀ ਬੁੱਧਿਆਂ ਕਾਦੀ ਇੱਜ਼ਤ ਰਹੇਗੀ ਨਿਆਣਿਆਂ ਸਿਆਣਿਆਂ ਦੀ ਮੈਂ ਸੋਚੀ ਪੈ ਗਿਆ ਇਹ ਤਾਂ ਤਾਈ ਦਾ ਘਰ ਆ ਕੱਲ ਨੂੰ ਜਦੋਂ ਮੇਰਾ ਵਿਆਹ ਹੋਊ ਤੇ ਜਦੋਂ ਮੇਰੀ ਵੋਟੀ ਵੀ ਕੁੰਡ ਨਾ ਕੱਢੂ ਤਾਂ ਇਹ ਮਾਮਾ ਵਿਚਾਰਾ ਕੀ ਕਰੂ ਇਹ ਤਾਂ ਮੈਨੂੰ ਪਤਾ ਸੀ ਵੀ ਸੁੱਕੀ ਲੱਕੜੀ ਟੁੱਟ ਭਾਵੇਂ ਜਾਵੇ ਲਿਫਦੀ ਨਹੀਂ ਹੁੰਦੀ ਫਿਰ ਵੀ ਮੈਂ ਸੋਚਿਆ ਯਤਨ ਕਰਨ ਦਾ ਕੀ ਹਰਜ਼ ਹੈ ਮਾਮੇ ਨੂੰ ਥੋੜਾ ਬਹੁਤ ਨਰਮ ਕਰਨ ਦੀ ਕੋਸ਼ਿਸ਼ ਤਾਂ ਕਰਾਂ ਮੈਂ ਪੈਡਲ ਮਾਰੀ ਗਿਆ ਤੇ ਮਾਮੇ ਨਾਲ ਮੱਠੀ ਮੱਠੀ ਜੇਰਾ ਵੀ ਕਰੀ ਗਿਆ ਮਾਮਾ ਜੀ ਕੀ ਹੋਇਆ ਜੇ ਪਰਜਾਈ ਨਹੀਂ ਕੁੰਡ ਨਹੀਂ ਕੱਢਿਆ ਕੀ ਹੋਇਆ ਅੱਗ ਲੱਗ ਜੂ ਜਵਾਨੇ ਨੂੰ ਮਾਮਾ ਜੀ ਤੁਹਾਨੂੰ ਗੱਲ ਦੱਸਾਂ ਇਹ ਕੁੰਡ ਦਾ ਰਵਾਇਤ ਮੁਸਲਮਾਨਾਂ ਦੇ ਔਨ ਕਰਕੇ ਪਿਆ ਹਿੰਦੂ ਧਰਮ ਚ ਕੁੰਡ ਕਿੱਥੇ ਹੁੰਦਾ ਸੀ ਹਮ ਮਾਮਾ ਜੀ ਤੁਸੀਂ ਆਪਣੇ ਪਿੰਡ 10 ਦਿਨ ਦਸਹਿਰਾ ਮਨਾਉਂਦੇ ਹੋ ਰਾਮਲੀਲਾ ਵੀ ਹੁੰਦੀ ਹੈ ਮੇਲੇ ਦੇ ਇਨਚਾਰਜ ਵੀ ਤੁਸੀਂ ਹੁੰਦੇ ਹੋ ਤੇ ਜਦੋਂ ਸੀਤਾ ਸੋਮਰ ਹੁੰਦਾ ਆ ਤਾਂ ਅਸੀਂ ਤਾਂ ਕੁੰਡ ਕੱਢ ਕੇ ਤੇ ਵਰਮ ਵਾਲਾ ਨਹੀਂ ਪਾਉਂਦੀ ਬਾਕੀ ਤੀਵੀਆਂ ਦਸ਼ਰਦੀਆਂ ਰਾਣੀਆਂ ਵੀ ਤਾਂ ਨੰਗੇ ਮੂੰਹ ਹੀ ਹੁੰਦੀਆਂ ਨੇ ਉਹ ਬਈ ਰਾਜੇ ਮਹਾਰਾਜੇ ਦੇਵ ਲੋਕ ਨੇ ਪੂਜਣ ਜੋਗ ਤੇ ਮਾਮਾ ਜੀ ਜਿਹਨਾਂ ਨੂੰ ਪੂਜੀਦਾ ਹੈ ਉਹਨਾਂ ਦਾ ਕੀਤਾ ਮੰਨਣਾ ਵੀ ਤਾਂ ਬਣਦਾ ਹੈ ਹੂੰ ਮੰਮੇ ਦੀ ਹੂੰ ਐਦਕੀ ਕੁਝ ਕੁਝ ਨਰਮ ਹੋ ਗਈ ਲੱਗਦੀ ਸੀ ਇੱਕ ਹੋਰ ਗੱਲ ਦੱਸਾਂ ਸਿੱਖਾਂ 'ਚ ਤਾਂ ਕੁੰਡ ਦੀ ਰਸਮ ਤੀਜੇ ਗੁਰੂ ਅਮਰਦਾਸ ਨੇ ਬੰਦ ਕਰਾਤੀ ਸੀ ਤੁਸੀਂ ਕਥਾ ਸੁਣੀ ਹੋਈ ਹੈ ਵੀ ਮੰਡੀ ਦੀ ਰਾਣੀ ਗੁਰੂ ਦਰਸ਼ਨਾਂ ਨੂੰ ਆਈ ਉਹਨੇ ਲੰਮਾ ਸਾਰਾ ਕੁੰਡ ਕੱਢਿਆ ਸੀ ਇਹ ਵੇਖ ਕੇ ਗੁਰੂ ਸਾਹਿਬ ਬੋਲੇ ਇਹ ਕਿਹੜੀ ਝੱਲੀ ਆ ਗਈ ਹੈ ਆਈ ਹੈ ਗੁਰੂ ਨੂੰ ਮਿਲਣ ਤੇ ਆਪਣਾ ਮੂਹ ਲਕਾਈ ਫਿਰਦੀ ਹੈ ਕਹਿੰਦੇ ਨੇ ਬਈ ਉਹ ਸੱਚੀ ਮੁੱਚੀ ਝੱਲੀ ਹੋ ਗਈ ਫਿਰ ਗੱਲ 'ਚ ਪੱਲਾ ਪਾ ਕੇ ਮਾਫੀਆਂ ਮੰਗਿਆਂ ਤਾਂ ਕਿਤੇ ਰਾਜੀ ਹੋਈ ਤੇ ਗੁਰੂ ਦਾ ਮਤਲਬ ਤਾਂ ਸੀ ਬਈ ਇਹ ਪਰਦੇਦਾਰੀ ਔਰਤ ਦੀ ਗੁਲਾਮੀ ਦਾ ਚਿੰਨ ਹੈ ਨਿਰਾਜ ਝਲਪਣ ਆਹੋ ਬਈ ਸੁਣਿਆ ਤਾਂ ਇਦਾਂ ਹੀ ਹੈ ਮਾਮੇ ਨੂੰ ਕਾਫੀ ਰਮਾਨ ਆ ਗਿਆ ਜਾਪਦਾ ਸੀ ਮਾਮਾ ਜੀ ਹਯਾ ਤੇ ਅੱਖਾਂ 'ਚ ਹੋਣੀ ਚਾਹੀਦੀ ਹੈ ਦੇਖੀ ਨੀ ਤੁਸੀਂ ਆਪਣੀ ਗਵੰਢਣ ਬੰਤੀ ਕਿ ਡਾ ਵੱਡਾ ਖੁੰਡ ਕੜਦੀ ਐ ਤੇ ਫਿਰ ਜਦੋਂ ਬਾਵਾ ਮਾਰ ਮਾਰ ਲੜਦੀ ਐ ਉਦੋਂ ਨਾਲੀ ਦੇ ਪਾਣੀ ਤੋਂ ਕਿਦਾਂ ਗੰਦਮੰਦ ਬੁਲੀ ਜਾਂਦੀ ਸੀ ਤੇ ਉਹਦਾ ਖੁੰਡ ਕੀ ਕਹਿੰਦਾ ਮਾਮਾ ਚੁੱਪ ਸੀ ਮੈਂ ਜਿੱਤਦਾ ਮਹਿਸੂਸ ਕਰ ਰਿਹਾ ਹਾਂ ਇੱਕ ਤੋਂ ਇੱਕ ਵੱਧ ਕੇ ਟਕਾਣੇ ਸਿਰ ਸੱਟ ਮਾਰ ਰਿਹਾ ਸੀ ਇਹ ਬੰਤੀ ਮਾਮੇ ਹੋਰਾਂ ਦੀ ਗਵੰਡਣ ਸੀ ਜਿਹਦੇ ਤੋਂ ਮਾਮੇ ਹੋਰਾਂ ਸਮੇਤ ਸਾਰਾ ਮੱਲਾ ਤਰਾ ਤਰਾ ਕਰਦਾ ਸੀ ਤੇ ਮੈਂ ਨਾਨਕੇ ਘਰ ਦੀ ਇਸ ਕਮਜ਼ੋਰੀ ਦਾ ਪੇਤੀ ਸੀ ਮੱਧੋ ਵੱਲ ਦੀ ਚੜ੍ਹਾਈ ਤਾਂ ਤਿੱਖੀ ਐ ਪਰ ਮੈਂ ਪੂਰੇ ਜੋਸ਼ੋ ਖੁروش ਨਾਲ ਪੈडल ਮਾਰ ਰਿਹਾ ਸੀ ਭਖਿਆ ਹੋਇਆ ਸੀ ਤੇ ਉਸੇ ਜੋਸ਼ੋ ਖੁروش ਨਾਲ ਮਮੀ ਹੋਰਾਂ ਦੀ ਸੋਚ ਤੇ ਹਾਵੀ ਹੋਈ ਜਾ ਰਿਹਾ ਸੀ ਤੇ ਮਾਮਾ ਜੀ ਉਹ ਸਾਡੇ ਪਿੰਡ ਵਾਲੀ ਰੱਖੀ ਜਿਹਨੇ ਅੱਧਾ ਇੱਕ ਪਿੰਡ ਵਿਗਾੜ ਛੱਡਿਆ ਉਹਦੇ ਚਾਲਿਆਂ ਬਾਰੇ ਵੀ ਤੁਸੀਂ ਸੁਣਿਆ ਹੀ ਹੋਣਾ ਉਂਝ ਕੁੰਡ ਤਾਂ ਉਹਦਾ ਵੀ ਖਾਸਾ ਡੂੰਗਾ ਹੁੰਦਾ ਹੈ ਗੱਲ ਤਾਂ ਸਿੱਧੀ ਪਧਰੀ ਐ ਵੀ ਕੁੰਡ ਕੱਢਣ ਚ ਕੁਝ ਨਹੀਂ ਪਿਆ ਵਿਗੜਵਾਂ ਔਰਤਾਂ ਲਈ ਸਗੋਂ ਕੁੰਡ ਤਾਂ ਇੱਕ ਤਰ੍ਹਾਂ ਨਾਲ ਮੋਰਚੇ ਦਾ ਕੰਮ ਦਿੰਦਾ ਆ ਤੇ ਖਰੀਆਂ ਨੂੰ ਇਹਦੀ ਲੋੜ ਹੀ ਨਹੀਂ ਨਾਲੇ ਉਹ ਵੀ ਦੁਨੀਆ ਚ ਇੰਨੀ ਵਿੱਦਿਆ ਆ ਗਈ ਐ ਇੰਨੀ ਰੋਸ਼ਨੀ ਆ ਗਈ ਐ ਅਸੀਂ ਅਜੇ ਵੀ ਨਹੀਂ ਰਹਿ ਢੋਈ ਜਾ ਰਹੇ ਆ ਔਰਤਾਂ ਪੜ੍ਹ ਲਿਖ ਰਹੀਆਂ ਨੇ ਵੱਡੇ ਵੱਡੇ ਮਰਾਤਬਿਆਂ ਤੇ ਪੁੱਜ ਰਹੀਆਂ ਨੇ ਕੁੰਡ ਕੱਢ ਕੇ ਉਹ ਸਾਰਾ ਕੰਮ ਕਿੱਦਾਂ ਕਰਨਗੇ ਦੁਨੀਆ ਤਾਂ ਕਿਤੇ ਦੀ ਕਿਤੇ ਪੁੱਜ ਗਈ ਐ ਤੇ ਅਸੀਂ ਅਜੇ ਵੀ ਕੱਸੀਆਂ ਪਟੀਆਂ ਰਸਮਾਂ ਦੀਆਂ ਲਾਸ਼ਾਂ ਚੁੱਕੀ ਫਿਰਦੇ ਆ ਅੱਜ ਦੇ ਯੁੱਗ 'ਚ ਕੁੰਡਾਲੀ ਗੱਲ ਹੁਣ ਕਿਹੜੀ ਵਿੜਿਆਈ ਵਾਲੀ ਗੱਲ ਰਹਿ ਗਈ ਆ ਮੈਂ ਆਪਣੇ ਬੋਲੋਂ ਪੂਰਾ ਜੇਤੂ ਹੋ ਨਿਕਲਦਿਆਂ ਇਹ ਆਖਰੀ ਤੋੜਾ ਛਾੜਿਆ ਚੜ੍ਹਾਈ ਤੇ ਖਪਾਈ ਨਾਲ ਮੈਂ ਸਾਹ ਸਾਹ ਹੋਇਆ ਪਿਆ ਸੀ ਸੋ ਮੈਂ ਦਮ ਮਾਰਨਾ ਤੇ ਮਾਮੇ ਦਾ ਪ੍ਰਤੀਕਰਮ ਓ ਦੇਖਣਾ ਹੀ ਮੁਨਾਸਬ ਸਮਝਿਆ ਪਲਕੋ ਦੀ ਖਮੋਸ਼ੀ ਬਾਦ ਮਾਮਾ ਬੋਲਿਆ ਉਹ ਜਵਾਨਾ ਤੇਰੀ ਗੱਲ ਤੇ ਸਾਰੀ ਠੀਕ ਆ ਪਰ ਪਰਦਾ ਤੇ ਫੇਰ ਵੀ ਚਾਹੀਦਾ ਹੀ ਆ ਨਾ ਧੰਨਵਾਦ